ਕੱਲ ਸ਼ਾਮ ਦੇ ਟਾਈਮ ਗਿੱਲ ਪਹਿਲੇ ਸਮਰਾਲੇ ਸਾਡੇ ਇੱਕ ਜਿਹੜੀ ਭੰਗੜਾ ਕਲਾਕਾਰਾਂ ਦੀ ਟੀਮ ਆਈ ਸੀ ਜਿਹਦੇ ਵਿੱਚ ਲੜਕੀਆਂ ਵੀ ਆਈਆਂ ਹੋਈਆਂ ਸਨ। ਉੱਥੇ ਇੱਕ ਲੜਕੀ ਦੇ ਨਾਲ ਜਿਹੜੇ ਗਲਤ ਇਸ਼ਾਰੇ ਕੀਤੇ ਗਏ ਅਤੇ ਉਹਦੇ ਬਾਅਦ ਗਲਾਸ ਵੀ ਸੁੱਟਿਆ ਗਿਆ, ਕੋਈ ਸ਼ਾਮੀ ਬੰਦੇ ਸੀ ਅਤੇ ਜਗਰੂਪ ਸਿੰਘ ਜਿਹੜਾ ਮੁਲਜ਼ਮ ਸੀ ਅਤੇ ਉਹਦੇ ਦੋ ਤਿੰਨ ਸਾਥੀ ਸੀ, ਉਹਦੇ ਖਿਲਾਫ 294, 506 ਅਤੇ 509 IPC ਤਹਿਤ ਸਮਰਾਲਾ ਥਾਣਾ ਵਿਖੇ ਪਰਚਾ ਦਰਜ ਕੀਤਾ ਹੈ। ਤਫਤੀਸ਼ ਤੋਂ ਪਤਾ ਲੱਗਿਆ ਵੀ ਲੁਧਿਆਣੇ ਸ਼ਹਿਰ ਦੇ ਵਿੱਚ ਮੁਲਾਜ਼ਮ ਹੈ, ਅਦਾਣਵਾ ਪਿੰਡ ਦਾ ਪਿੱਛੋਂ ਰਹਿਣ ਵਾਲਾ ਹੈ। ਡਾਂਸਰ ਲੜਕੀ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ 4 ਮੁੰਡਿਆਂ ਤੇ ਕੀਤਾ ਪਰਚਾ ਦਰਜ। ਤੁਹਾਨੂੰ ਦੱਸ ਦਿਓ ਕਿ ਅੱਜ ਸੋਸ਼ਲ ਮੀਡੀਆ ਤੇ ਸਵੇਰ ਦੀ ਇੱਕ ਕਾਫੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਵਿਆਹ ਦੇ ਦੌਰਾਨ ਇੱਕ ਕੁੜੀ ਸਟੇਜ ਤੇ ਡਾਂਸ ਕਰ ਰਹੀ ਹੁੰਦੀ ਹੈ ਤਾਂ ਕਿਸੇ ਗੱਲ ਨੂੰ ਲੈ ਕੇ ਵਿਆਹ ਦੇ ਵਿੱਚ ਆਏ ਮੁੰਡਿਆਂ ਦੇ ਨਾਲ ਉਸਦਾ ਟਕਰਾਅ ਹੋ ਜਾਂਦਾ ਹੈ ਤਾਂ ਮੁੰਡੇ ਅਤੇ ਕੁੜੀ ਦੇ ਵਿਚਕਾਰ ਕਾਫੀ ਬਹਿਸਬਾਜ਼ੀ ਵੀ ਹੁੰਦੀ ਹੈ। ਗੱਲ ਇੱਥੇ ਤੱਕ ਪਹੁੰਚ ਜਾਂਦੀ ਹੈ ਕਿ ਇੱਕ ਮੁੰਡੇ ਨੇ ਤਾਂ ਗੁੱਸੇ ਦੇ ਵਿੱਚ ਆ ਕੇ ਕੁੜੀ ਦੇ ਪੈਗ ਵਾਲਾ ਗਲਾਸ ਛੱਡ ਕੇ ਮਾਰਿਆ, ਲੇਕਿਨ ਬਚਾਅ ਹੋ ਗਿਆ ਕੁੜੀ ਦਾ ਕਿ ਉਸਦੇ ਲੱਗਾ ਨਹੀਂ। ਅਤੇ ਜਦੋਂ ਇਹ ਸਾਰੀ ਵੀਡੀਓ ਪੁਲਿਸ ਦੇ ਕੋਲ ਪਹੁੰਚੀ ਤਾਂ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ 3 ਅਣਪਛਾਤੇ ਮੁੰਡਿਆਂ ਅਤੇ 1 ਜਗਰੂਪ ਸਿੰਘ ਨਾਮ ਦੇ ਮੁੰਡੇ ਦੇ ਖਿਲਾਫ ਪਰਚਾ ਦਰਜ ਕੀਤਾ ਜੋ ਕਿ ਖੁਦ ਪੁਲਿਸ ਦਾ ਮੁਲਾਜ਼ਮ ਦੱਸਿਆ ਜਾ ਰਿਹਾ ਹੈ ਅਤੇ ਲੁਧਿਆਣੇ ਵਿਖੇ ਤਨਾਤ ਹੈ ਜੋ ਕਿ ਵਿਆਹ ਵਿੱਚ ਆਇਆ ਹੋਇਆ ਸੀ। ਅਤੇ ਪੁਲਿਸ ਨੇ ਹੁਣ ਵੱਖ ਵੱਖ ਤਰ੍ਹਾਂ ਤਹਿਤ ਇਹਨਾਂ ਦੋਸ਼ੀਆਂ ਦੇ ਖਿਲਾਫ ਪਰਚਾ ਦਰਜ ਕਰ ਦਿੱਤਾ ਹੈ। ਕੱਲ੍ਹ ਸ਼ਾਮ ਦੇ ਟਾਈਮ ਗਿੱਲ ਪਹਿਲੇ ਸਮਰਾਲੇ ਸਾਡੇ ਇੱਕ ਜਿਹੜੀ ਭੰਗੜਾ ਕਲਾਕਾਰਾਂ ਦੀ ਟੀਮ ਆਈ ਸੀ ਜਿਹਦੇ ਵਿੱਚ ਲੜਕੀਆਂ ਵੀ ਆਈਆਂ ਹੋਈਆਂ ਸਨ, ਉੱਥੇ ਇੱਕ ਲੜਕੀ ਦੇ ਨਾਲ ਜਿਹੜੇ ਗਲਤ ਇਸ਼ਾਰੇ ਕੀਤੇ ਗਏ ਅਤੇ ਉਹਦੇ ਬਾਅਦ ਗਲਾਸ ਵੀ ਸੁੱਟਿਆ ਗਿਆ, ਕੋਈ ਸ਼ਾਮੀ ਬੰਦੇ ਸੀ ਜਿਹਨਾਂ ਵਿੱਚ ਰੂਪ ਸਿੰਘ ਅਤੇ ਉਹਦੇ ਦੋ ਤਿੰਨ ਨਾਮ ਨੂੰ ਸਾਥੀ ਸੀ। ਜਿਵੇਂ ਸਾਡੇ ਕੋਲ ਇਹਦੀ ਵੀਡੀਓ ਆਈ ਆ, ਨੈਟ ਆਈ ਆ, ਇਹਦੀ ਅਸੀਂ ਤਹਿਕੀਕਤ ਕਰਕੇ ਮਾਨਯੋਗ SSP ਸਾਹਿਬ ਦੇ ਧਿਆਨ 'ਚ ਲਿਆਂਦਾ, ਜਿਨ੍ਹਾਂ ਨੇ ਵੀ ਸਾਨੂੰ ਸਖ਼ਤ ਨਿਰਦੇਸ਼ ਦਿੱਤੇ ਆ, ਜਿਨ੍ਹਾਂ ਦੇ ਨਿਰਦੇਸ਼ਾਂ ਤੋਂ ਬਾਅਦ ਅਸੀਂ ਇਹਦੇ ਜਗਰੂਪ ਸਿੰਘ ਜਿਹੜਾ ਮੁਲਜ਼ਮ ਸੀ ਅਤੇ ਉਹਦੇ ਦੋ ਤਿੰਨ ਸਾਥੀ ਸੀ ਉਹਦੇ ਖਿਲਾਫ਼ 294, 506 ਅਤੇ 509 IPC ਤਹਿਤ ਸਮਰਾਲਾ ਥਾਣਾ ਵਿਖੇ ਪਰਚਾ ਦਰਜ ਕੀਤਾ ਹੈ ਅਤੇ ਇਹਨਾਂ ਨੂੰ ਛੇਤੀ ਹੀ ਜਿਹੜਾ ਅਰੈਸਟ ਵੀ ਕੀਤਾ ਜਾਊਗਾ। ਕਿੱਥੇ ਦੇ ਰਹਿਣ ਵਾਲਾ ਜੀ, ਕੋਈ ਮੁਲਾਜ਼ਮ ਵਗੈਰਾ ਵੀ ਹੈ ਪੁਲਿਸ? ਇਹ ਅਜੇ ਕਨਫਰਮ ਦਾ ਬਾਅਦ 'ਚ ਹੋਊਗਾ। ਮੁੱਢਲੀ ਤਫਤੀਸ਼ ਤੋਂ ਪਤਾ ਲੱਗਿਆ ਵੀ ਲੁਧਿਆਣੇ ਸ਼ਹਿਰ ਦੇ ਵਿੱਚ ਮੁਲਾਜ਼ਮ ਹੈ, ਅਦਾਣਵਾ ਪਿੰਡ ਦਾ ਪਿੱਛੋਂ ਰਹਿਣ ਵਾਲਾ ਹੈ। ਇਹਨਾਂ ਦੇ ਪਰਚਾ ਦਰਜ ਕੀਤਾ ਜੀ, ਕੀ ਨਾਮ ਨੇ ਅਤੇ ਕਿਹੜੀਆਂ ਤਰ੍ਹਾਂ ਦਾ ਪਰਚਾ ਦਰਜ ਕੀਤਾ ਜੀ? ਇਹ ਜਿਹੜਾ ਕੇਸ ਰਜਿਸਟਰ ਕੀਤਾ ਜਗਰੂਪ ਸਿੰਘ, ਉਹਦੇ ਨਾਮ ਨੂੰ ਦੋ ਤਿੰਨ ਸਾਥੀ ਜਿਹੜੇ ਆ ਉਹ ਦੌਰਾਨ ਤਫਤੀਸ਼ ਜਿਹੜਾ ਵੀਡੀਓ ਹੀ ਕਬਜ਼ੇ 'ਚ ਲੈ ਗਿਆ, ਉਹਨਾਂ ਦਾ ਹੀ ਪਤਾ ਲਾ ਲਾਂਗੇ। ਇਹਨਾਂ ਦੇ ਖਿਲਾਫ਼ ਜਿਹੜਾ ਪਰਚਾ 294, 506 ਅਤੇ 509 IPC ਤਹਿਤ ਸਖ਼ਤ ਤਰ੍ਹਾਂ ਦੇ ਤਹਿਤ ਜਿਹੜਾ ਦਰਜ ਕੀਤਾ ਗਿਆ।